ਦੇ ਆਪ ਨੂੰ ਅਸੀਂ ਬਹੁਤ ਅਨਫੋਰਚੂਨੇਟ ਸਮਝਦੇ ਹਾਂ ਵੀ ਬਾਈ ਦੀ ਐਬਸੈਂਸ 'ਚ ਬਾਈ ਦਾ ਡਰੀਮ ਪ੍ਰੋਜੈਕਟ ਹੀ ਆਪਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਉਹ ਸਾਨੂੰ ਰਿਲੀਜ਼ ਕਰਨਾ ਪੈ ਰਿਹਾ ਜੀ। ਬਹੁਤ ਹੀ ਅਨਫੋਰਚੂਨੇਟ ਇੰਸੀਡੈਂਟ ਸੀਗਾ ਕਿ ਵੈਰੀ ਸ਼ੋਕਿੰਗ ਜੋ ਸਾਨੂੰ ਆਲਰੇਡੀ ਜਦੋਂ ਮੈਨੂੰ ਸ਼ਾਮ ਨੂੰ ਫੋਨ ਆਇਆ ਵੀ ਬਾਈ ਦਾ ਐਕਸੀਡੈਂਟ ਹੋ ਗਿਆ ਇਮੀਡੀਏਟਲੀ ਰਸ਼ ਟੂ ਡੈਲੀ ਅਤੇ ਇਹਦਾ ਘਾਟਾ ਤਾਂ ਬਾਈ ਦਾ ਕਦੇ ਨਾ ਪੂਰਾ ਹੋਣ ਵਾਲਾ ਹੀ ਹੈ ਜੀ। ਬਾਕੀ ਸਾਰੀ ਪੰਜਾਬ ਕੌਮ ਨੂੰ ਵੀ ਜੋ ਕੌਮ ਲਈ ਲਾਸਟ ਮੂਮੈਂਟਸ 'ਤੇ ਆ ਕੇ ਬਾਈ ਨੇ ਸਿੱਖ ਕੌਮ ਲਈ ਪੰਜਾਬ ਲਈ ਗੱਲਾਂ ਕੀਤੀਆਂ ਜਾਂ ਉਹਨਾਂ ਦੇ ਹੱਕਾਂ ਬਾਰੇ ਗੱਲ ਕੀਤੀ ਹੈਗੀ ਇਹ ਤਾਂ ਸਾਰਿਆਂ ਨੂੰ ਹੀ ਘਾਟਾ ਬਾਈ ਦਾ ਹੈ ਹੀ ਆ ਜੀ ਜੋ ਕਿ ਕਦੇ ਨਹੀਂ ਪੂਰਾ ਹੋ ਸਕਦਾ। ਅਤੇ ਦੀਪ ਦਾ ਇਸ 'ਚ ਕਰੈਕਟਰ ਇੱਕ ਕਬੱਡੀ ਪਲੇਅਰ ਦਾ ਇੱਕ ਪੇਂਡੂ ਮੁੰਡੇ ਦਾ ਉਹਦਾ ਕਰੈਕਟਰ ਦੀਪ ਪਲੇਅ ਕਰ ਰਿਹਾ ਜੀ ਇਸ 'ਚ। ਕਿਸਾਨੀ ਅੰਦੋਲਨ ਦੀ ਸ਼ੁਰੂਆਤ ਹੋਈ ਤਾਂ ਇੱਕ ਨੌਜਵਾਨ ਦੀਪ ਸਿੱਧੂ ਜਿਸ ਦਾ ਨਾਮ ਉੱਭਰ ਕੇ ਸਾਹਮਣੇ ਆਇਆ ਹੌਲੀ ਹੌਲੀ ਉਹ ਪੂਰੇ ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਗਿਆ। ਅੱਜ ਉਸ ਦੀ ਫਿਲਮ ਜਿਹੜੀ ਆ ਜਲਦ ਹੀ ਰਿਲੀਜ਼ ਹੋਣ ਵਾਲੀ ਆ ਸਾਡੇ ਵਾਲਾ, ਉਹਨਾਂ ਦੇ ਬ੍ਰਦਰ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਹਾਂਜੀ ਭਾਅ ਜੀ, ਸਭ ਤੋਂ ਪਹਿਲਾਂ ਸਪੋਕਸਮੈਨ ਦੇ ਵਿੱਚ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੀਪ ਸਿੱਧੂ ਦੀ ਨਵੀਂ ਫਿਲਮ ਜਿਹੜੀ ਆ ਸਾਡੇ ਵਾਲਾ ਬਣ ਕੇ ਤਿਆਰ ਆ, ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਜਦ ਫਿਲਮ ਦਾ ਟ੍ਰੇਲਰ ਔਰ ਟੀਜ਼ਰ ਸੌਂਗਸ ਰਿਲੀਜ਼ ਕੀਤਾ? ਦੇਖੋ ਆਪਣੇ ਆਪ ਨੂੰ ਅਸੀਂ ਬਹੁਤ ਅਨਫੋਰਚੂਨੇਟ ਸਮਝਦੇ ਹਾਂ ਵੀ ਬਾਈ ਦੀ ਐਬਸੈਂਸ 'ਚ ਬਾਈ ਦਾ ਡਰੀਮ ਪ੍ਰੋਜੈਕਟ ਹੀ ਆਪਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਉਹ ਸਾਨੂੰ ਰਿਲੀਜ਼ ਕਰਨਾ ਪੈ ਰਿਹਾ ਜੀ। ਫਿਲਮ ਦੀ ਕਹਾਣੀ ਦੀ ਗੱਲ ਕਰਾਂ ਤਾਂ ਕਿਸ ਤਰ੍ਹਾਂ ਦੀ ਕਹਾਣੀ ਹੈ, ਕਿਸ ਦੇ ਆਲੇ ਦੁਆਲੇ ਘੁੰਮਦੀ ਹੈ, ਦੀਪ ਸਿੱਧੂ ਦਾ ਕੀ ਕਿਰਦਾਰ ਆ? ਦੇਖੋ ਦੀਪ ਜਿਹੜੀ ਫਿਲਮ ਦੀ ਜੇ ਕਹਾਣੀ ਆ, ਫਿਲਮ ਦੀ ਕਹਾਣੀ ਇੱਕ ਕਬੱਡੀ ਖੇਡ ਦੇ ਇਰਦ ਗਿਰਦ ਜਾਂ ਆਪਣੇ ਪਿੰਡਾਂ ਦੇ ਜੋ ਪਿੰਡਾਂ ਦਾ ਮਾਹੌਲ ਹੁੰਦਾ ਉਹਦੇ ਇਰਦ ਗਿਰਦ ਘੁੰਮਦੀ ਹੈ ਜੀ। ਅਤੇ ਦੀਪ ਦਾ ਇਸ 'ਚ ਕਰੈਕਟਰ ਇੱਕ ਕਬੱਡੀ ਪਲੇਅਰ ਦਾ ਇੱਕ ਪੇਂਡੂ ਮੁੰਡੇ ਦਾ ਉਹਦਾ ਕਰੈਕਟਰ ਦੀਪ ਪਲੇਅ ਕਰ ਰਿਹਾ ਜੀ ਇਸ 'ਚ। ਜੇ ਦੀਪ ਸਿੱਧੂ ਦੇ ਸੁਭਾਅ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਸੁਭਾਅ ਸੀਗਾ, ਔਰ ਫਿਲਮ ਜਦ ਉਹਨਾਂ ਦੀਆਂ ਹੋਰ ਵੀ ਦੋ ਫਿਲਮਾਂ ਰਿਲੀਜ਼ ਹੋਈਆਂ ਕਾਫੀ ਚੱਲੀਆਂ, ਜ਼ੋਰਾ 10 ਨੰਬਰ ਹੀ ਆ, ਉਸ ਤੋਂ ਬਾਅਦ ਇਹ ਸਾਡੇ ਵਾਲੇ, ਕਿਸ ਤਰ੍ਹਾਂ ਦਾ ਡਰੀਮ ਸੀ ਉਹਨਾਂ ਦਾ ਫਿਲਮ ਨੂੰ ਲੈ ਕੇ? ਨਹੀਂ, ਦੀਪ ਦਾ ਜਿਹੜਾ ਆਪਦੀ ਸੋਚ ਸੀਗੀ ਉਹ ਇੱਕ ਰਿਅਲਿਸਟਿਕ ਸਿਨੇਮਾ ਕਰਨ ਨੂੰ ਚਾਹੁੰਦਾ ਸੀਗਾ। ਜਿਵੇਂ ਉਹਨੇ ਪਹਿਲਾਂ ਹਟ ਕੇ ਜੇ ਆਪਾਂ ਕਹੀਏ ਤਾਂ ਜ਼ੋਰਾ ਫਸਟ, ਜ਼ੋਰਾ ਸੈਕਿੰਡ ਚੈਪਟਰ ਦੋਨੇ ਡਿਫਰੈਂਟ ਸਨੈਰੀਓ 'ਤੇ ਜਾ ਕੇ ਸ਼ੂਟ ਕਰਾਏ ਸੀਗੇ, ਤਾਂ ਇਹ ਵੀ ਇੱਕ ਤਰ੍ਹਾਂ ਨਾਲ ਇੱਕ ਰਿਐਲਿਸਟਿਕ ਮੂਵੀ ਆ ਵੀ ਕੀ ਆਪਣੇ ਪਿੰਡਾਂ ਦਾ ਮਾਹੌਲ ਹੁੰਦਾ। ਜਿਹੜਾ ਕੋਈ ਆਪਦੇ ਆਪ ਨੂੰ ਪਿੰਡਾਂ ਨਾਲ ਕੋਈ ਵੀ ਕਿਸੇ ਤਰੀਕੇ ਨਾਲ ਟੱਚ ਰੱਖਦਾ ਜਾਂ ਆਪਦੇ ਆਪ ਨੂੰ ਪਿੰਡਾਂ ਦਾ ਸਮਝਦਾ, ਤਾਂ ਉਹ ਆਪਦੇ ਆਪ ਨੂੰ ਇਸ ਫਿਲਮ 'ਚ ਜ਼ਰੂਰ ਫੀਲ ਕਰੂਗਾ ਵੀ ਇਹ ਸਾਡੇ ਇਰਦ ਗਿਰਦ ਘੁੰਮਦੀ ਕਹਾਣੀ ਆ। ਇੱਕ ਛੋਟੀ ਉਮਰ ਦਾ ਨੌਜਵਾਨ ਸੀ ਦੀਪ ਸਿੱਧੂ, ਕਿਸਾਨੀ ਅੰਦੋਲਨ ਦੇ ਵਿੱਚ ਵੱਧ ਚੜ੍ਹ ਕੇ ਭਾਗ ਲਿਆ, ਉਸ ਤੋਂ ਬਾਅਦ ਵੀ ਹੋਰ ਵੀ ਜਦ ਕੋਈ ਮੀਟਿੰਗ ਹੁੰਦੀ ਸੀ ਚਾਹੇ ਸਿੱਖੀ ਦੀ ਗੱਲ ਹੋਵੇ ਤਾਂ ਸਭ ਤੋਂ ਉੱਭਰ ਕੇ ਸਾਹਮਣੇ ਆਉਂਦਾ ਸੀ। ਕੋਈ ਇਸ ਤਰ੍ਹਾਂ ਦੀ ਫਿਲਮ ਦੀ ਕਰਨ ਦੀ ਤਿਆਰੀ ਵੀ ਸੀ ਉਸਦੀ ਦੀਪ ਸਿੰਘ ਦੀ? ਨਹੀਂ, ਦੇਖੋ ਇੱਕ ਸਾਡੀ ਹੋਰ ਆਲਰੇਡੀ ਫਿਲਮ ਦਾ ਸ਼ੂਟ 30% ਕੰਪਲੀਟ ਹੋ ਚੁੱਕਿਆ ਪਿੰਡ ਦੇ, ਉਹ ਪਿੰਡਾਂ ਦੀ ਕਹਾਣੀ ਸੀਗੀ ਜੋ ਕਿਸਾਨਾਂ ਦੀ ਕਹਾਣੀ ਜੋ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਉਹਦੇ ਇਰਦ ਗਿਰਦ ਘੁੰਮਦੀ ਕਹਾਣੀ ਸੀ, ਉਹਦਾ 30% ਸ਼ੂਟ ਹੋ ਚੁੱਕਿਆ ਸੀ। ਹੁਣ ਫਰਦਰ ਅਸੀਂ ਸਾਰੀ ਟੀਮ ਜਿਹੜੀ ਸਾਡੀ ਸ਼ੂਟ ਵਾਲੀ ਸੀ ਉਹ ਬੈਠ ਕੇ ਡਿਸਾਈਡ ਕਰਾਂਗੇ ਵੀ ਜੇ ਪੂਰੀ ਕਰ ਸਕਦੇ ਹਾਂ ਤਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਦੀਪ ਸਿੱਧੂ ਦੇ ਕੀ ਡਰੀਮ ਸੀਗੇ, ਜੇ ਡਰੀਮਸ ਦੀ ਗੱਲ ਕਰਾਂ ਤਾਂ, ਕਿਉਂਕਿ ਛੋਟੀ ਉਮਰ ਸੀ ਹਜੇ ਖੁਆਬ ਲੰਬੇ ਸੀਗੇ? ਦੇਖੋ ਹੁਣ ਮੂਵੀਜ਼ ਦਾ ਜੇ ਦੇਖੀਏ ਤਾਂ ਸਾਡਾ ਜ਼ੋਰਾ 3 ਦਾ ਸ਼ੂਟ ਅਸੀਂ 10 ਮਾਰਚ ਤੋਂ ਹੀ ਸਟਾਰਟ ਕਰਨਾ ਸੀਗਾ, ਉਹ ਸਾਰਾ ਸਾਡਾ ਵਿੱਚ ਰਹਿ ਗਿਆ ਜੀ। ਹੁਣ ਹੈ ਤਾਂ ਬਹੁਤ ਜ਼ਿਆਦਾ ਸੀਗੇ ਡਰੀਮਸ ਤਾਂ, ਜਿਹੜੇ ਕਿ ਸਾਰੇ ਉਹ ਅਨਫੋਰਚੂਨੇਟਲੀ ਸਾਰੇ ਬਾਈ ਦਾ ਛੱਡ ਕੇ ਜਾਣ 'ਚ ਕੁਛ ਵਰਡਸ ਹੀ ਨਹੀਂ ਹੈ ਜੀ ਜੋ ਮੈਂ ਉਹਨਾਂ ਨੂੰ ਐਕਸਪਲੇਨ ਕਰ ਸਕਦਾ ਜੀ। ਲਾਸਟ ਸਵਾਲ ਸਰ ਮੇਰਾ, ਬੇਵਕਤ ਮੌਤ ਹੋਈ ਦੀਪ ਸਿੱਧੂ ਜੀ ਦੀ, ਜਿੱਥੇ ਪੂਰੀ ਪੰਜਾਬ ਦੀ ਨੌਜਵਾਨੀ ਨੂੰ ਕਹੀਏ ਤਾਂ ਜ਼ੋਰਦਾਰ ਜਿਹੜਾ ਝਟਕਾ ਲੱਗਾ, ਇੱਕ ਗਹਿਰਾ ਸਦਮਾ ਲੱਗਾ, ਪਰਿਵਾਰ ਨੇ ਕਿਸ ਤਰ੍ਹਾਂ ਫੇਸ ਕੀਤਾ ਉਹਨਾਂ ਦੀ ਅਚਾਨਕ ਇਸ ਤਰ੍ਹਾਂ? ਦੇਖੋ ਪਰਿਵਾਰ ਲਈ ਤਾਂ ਇਹ ਜੇ ਆਪਾਂ ਕਹਿ ਲਈਏ ਬਹੁਤ ਹੀ ਅਨਫੋਰਚੂਨੇਟ ਇੰਸੀਡੈਂਟ ਸੀਗਾ ਕਿ ਵੈਰੀ ਸ਼ੋਕਿੰਗ ਜੋ ਸਾਨੂੰ ਆਲਰੇਡੀ ਜਦੋਂ ਮੈਨੂੰ ਸ਼ਾਮ ਨੂੰ ਫੋਨ ਆਇਆ ਵੀ ਬਾਈ ਦਾ ਐਕਸੀਡੈਂਟ ਹੋ ਗਿਆ ਇਮੀਡੀਏਟਲੀ ਰਸ਼ ਟੂ ਡੈਲੀ, ਅਤੇ ਇਹਦਾ ਘਾਟਾ ਤਾਂ ਬਾਈ ਦਾ ਕਦੇ ਨਾ ਪੂਰਾ ਹੋਣ ਵਾਲਾ ਹੀ ਹੈ ਜੀ। ਬਾਕੀ ਸਾਰੀ ਪੰਜਾਬ ਕੌਮ ਨੂੰ ਵੀ ਜੋ ਕੌਮ ਲਈ ਲਾਸਟ ਮੂਮੈਂਟਸ 'ਤੇ ਆ ਕੇ ਬਾਈ ਨੇ ਸਿੱਖ ਕੌਮ ਲਈ ਪੰਜਾਬ ਲਈ ਗੱਲਾਂ ਕੀਤੀਆਂ ਜਾਂ ਉਹਨਾਂ ਦੇ ਹੱਕਾਂ ਬਾਰੇ ਗੱਲ ਕੀਤੀ ਹੈਗੀ ਇਹ ਤਾਂ ਸਾਰਿਆਂ ਨੂੰ ਹੀ ਘਾਟਾ ਬਾਈ ਦਾ ਹੈ ਹੀ ਆ ਜੀ ਜੋ ਕਿ ਕਦੇ ਨਹੀਂ ਪੂਰਾ ਹੋ ਸਕਦਾ। ਬਿਲਕੁਲ ਜੀ, ਇਹ ਸਨ ਦੀਪ ਸਿੱਧੂ ਦੇ ਜਿਹੜੇ ਵੱਡੇ ਭਰਾ ਮਨਦੀਪ ਸਿੱਧੂ, ਜਿਨ੍ਹਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦਾ ਕਹਿਣਾ ਹੈ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਹ ਫਿਲਮ ਰਿਲੀਜ਼ ਕਰਨ ਜਾ ਰਹੇ ਨੇ।